ਸਮੂਹ ਜਲੰਧਰ ਨਿਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਆਪਾਂ ਹੁਣ ਸਾਰੇ ਦੇਖ ਰਹੇ ਆਂ ਵੀ ਕੋਵਿਡ ਦੇ ਕੇਸ ਜਿਹੜੇ ਹੈਗੇ ਉਹ ਪੂਰੇ ਦੇਸ਼ ਦੇ ਵਿੱਚ ਰਿਕਾਰਡ ਤੋੜ ਹੁਣ ਆਲਮੋਸਟ 3.5 ਲੱਖ ਤੇ ਪਹੁੰਚ ਚੁੱਕੇ ਨੇ ਬਹੁਤ ਜ਼ਿਆਦਾ ਸਟੇਟਸ ਦਾ ਬੁਰਾ ਹਾਲ ਹੈ ਖਾਸ ਕਰ ਦਿੱਲੀ ਯੂਪੀ ਉੱਥੇ ਪੰਜਾਬ ਦੇ ਵਿੱਚ ਵੀ ਹੁਣ 6.5 ਹਜ਼ਾਰ ਦੇ ਲਗਭਗ ਕੇਸ ਪਹੁੰਚ ਚੁੱਕੇ ਨੇ ਸੋ ਜਲੰਧਰ ਹਾਲਾਂਕਿ ਅਸੀਂ ਪਹਿਲੇ ਤੋਂ ਕੇਸ ਇੱਥੇ ਵਧ ਰਹੇ ਸੀਗੇ 400-450 ਦੀ ਰੇਂਜ ਦੇ ਵਿੱਚ ਹੈ ਬਟ ਮੈਂ ਦੇਖ ਰਿਹਾ ਕਿ ਹੁਣ ਜਿਹੜੇ ਜਲੰਧਰ ਦੇ ਵਿੱਚ ਵੀ ਪੇਸ਼ੈਂਟ ਜਿਹੜੇ ਹੈਗੇ ਉਹ ਬਾਹਰ ਤੋਂ ਆਣ ਲੱਗੇ ਨੇ ਹੁਣ ਦਿੱਲੀ ਦੇ ਸਾਡੇ ਕੋਲ 10-12 ਪੇਸ਼ੈਂਟ ਦਿੱਲੀ ਤੋਂ ਇੱਥੇ ਐਡਮਿਟਡ ਹੈ ਹਰਿਆਣਾ ਦੇ ਪੇਸ਼ੈਂਟ ਇੱਥੇ ਆ ਰਹੇ ਆ ਜੰਮੂ ਹਿਮਾਚਲ ਤੋਂ ਵੀ ਇੱਥੇ ਪੇਸ਼ੈਂਟ ਨੇ ਅੱਜ ਦੀ ਡੇਟ 'ਚ ਤਕਰੀਬਨ 40 ਪੇਸ਼ੈਂਟ ਜਿਹੜੇ ਹੈਗੇ ਉਹ ਪੰਜਾਬ ਤੋਂ ਬਾਹਰ ਦੇ ਜਲੰਧਰ ਦੇ ਵਿੱਚ ਐਡਮਿਟ ਹੋਣ ਲੱਗੇ ਨੇ ਸੋ ਮੇਰਾ ਕਹਿਣ ਦਾ ਭਾਵ ਇੱਥੇ ਬੇਸਿਕਲੀ ਇਹ ਹੈ ਵੀ ਹੁਣ ਵੀ ਜਿਹੜੀ ਸਾਡੀ ਵੈਕਸੀਨੇਸ਼ਨ ਦੀ ਕਪੈਸਿਟੀ ਹੈ 30000 ਡੇਲੀ ਹੈ ਪਰ ਉਥੇ ਸਿਰਫ ਕੱਲ 9-10000 ਲੋਕੀ ਵੈਕਸੀਨੇਟ ਹੋ ਰਹੇ ਨੇ ਇਹ ਸਾਨੂੰ ਬਹੁਤ ਜ਼ਰੂਰੀ ਹੈ ਅੱਜ ਆਪਾਂ ਵੈਕਸੀਨੇਸ਼ਨ ਦੇ ਵਿੱਚ ਕੋਈ ਉਤਸ਼ਾਹਿਤ ਤਰੀਕੇ ਦੇ ਨਾਲ ਪਾਰਟਿਸਿਪੇਟ ਨਹੀਂ ਕਰ ਰਹੇ ਡੋਰ ਟੂ ਡੋਰ ਸਾਨੂੰ ਅਸੀਂ ਕਾਫੀ ਮੋਟੀਵੇਟ ਕਰ ਰਹੇ ਆਂ ਸੋ ਸਾਨੂੰ ਇਹ ਜ਼ਰੂਰ ਸਾਰਿਆਂ ਨੂੰ ਚਾਹੀਦਾ ਵੀ ਹੁਣ ਛੇਤੀ ਤੋਂ ਛੇਤੀ 45 ਪਲੱਸ ਸਾਰੇ ਤੁਰੰਤ ਵੈਕਸੀਨੇਟ ਹੋ ਜਾਓ ਕਿਉਂਕਿ ਦੇਖੋ ਅਸੀਂ ਜਲੰਧਰ ਲਈ ਪਲਾਨਿੰਗ ਕਰ ਸਕਦੇ ਹਾਂ ਜਲੰਧਰ ਦੇ ਵਸਨੀਕਾਂ ਲਈ ਹੁਣ ਜਿਹੜੇ ਦਿੱਲੀ ਤੋਂ ਇੱਥੇ ਪੇਸ਼ੈਂਟ ਆਣ ਲੱਗੇ ਹੁਣ ਸਾਡੀ ਮੋਰਲ ਜ਼ਿੰਮੇਵਾਰੀ ਦੇ ਨਾਤੇ ਅਸੀਂ ਉਹਨਾਂ ਨੂੰ ਮਨਾ ਵੀ ਨਹੀਂ ਕਰ ਸਕਦੇ ਹਸਪੀਟਲਸ ਨੂੰ ਵੀ ਨਹੀਂ ਮਨਾ ਕਰ ਸਕਦੇ ਪਰ ਕਿੱਥੇ ਨਾ ਕਿੱਥੇ ਤਾਂ ਜਿਹੜੀ ਸਪਲਾਈ ਜੇਕਰ ਸਾਨੂੰ ਲਿਕੁਇਡ ਆਕਸੀਜਨ ਦੀ ਬਾਹਰ ਤੋਂ ਮਿਲਦੀ ਹੈ ਸੋ ਜਲੰਧਰ ਜ਼ਿਲ੍ਹੇ ਦੇ ਵਿੱਚ ਆਕਸੀਜਨ ਦੀ ਸਥਿਤੀ ਨੂੰ ਲੈ ਕੇ ਮੈਂ ਇਹ ਦੱਸਣਾ ਚਾਹੁੰਨਾ ਕਿ ਅਸੀਂ 6000 ਸਿਲੰਡਰ ਡੇਲੀ ਬਣਾਉਣ ਦੀ ਕਪੈਸਿਟੀ ਰੱਖਦੇ ਹਾਂ ਜੇਕਰ ਸਾਨੂੰ ਲਿਕੁਇਡ ਆਕਸੀਜਨ ਜਿਹੜੀ ਕਿ ਨਾਰਮਲੀ ਸਾਨੂੰ ਪਾਣੀਪਤ ਤੋਂ ਮਿਲਦੀ ਹੈ ਜਾਂ ਫਿਰ ਕਦੇ-ਵਾਰ ਬੱਦੀ ਤੋਂ ਮਿਲਦੀ ਹੈ ਜੇਕਰ ਹਿਮਾਚਲ ਜਾਂ ਹਰਿਆਣਾ ਤੋਂ ਸਾਨੂੰ ਲਿਕੁਇਡ ਆਕਸੀਜਨ ਮਿਲਦੀ ਰਹੇ ਤੇ ਅਸੀਂ 6000 ਸਿਲੰਡਰ ਤੱਕ ਬਣਾ ਸਕਦੇ ਜੇਕਰ ਇਹ ਲਿਕੁਇਡ ਆਕਸੀਜਨ ਸਾਨੂੰ ਬਿਲਕੁਲ ਨਹੀਂ ਮਿਲਦੀ ਤਾਂ ਸਿਰਫ ਐਟਮੋਸਫੇਰਿਕ ਆਕਸੀਜਨ ਤੋਂ ਸਿਰਫ 2200 ਸਿਲੰਡਰ ਦੀ ਕਪੈਸਿਟੀ ਹੈਗੀ ਜਿਹੜੀ ਇੱਥੇ ਬਾਕੀ ਜਿਹੜੇ 6000 ਚੋਂ 2200 ਤਾਂ ਅਸੀਂ ਬਣਾ ਸਕਦੇ ਰਹਿੰਦੇ 3800 ਸਿਲੰਡਰ ਉਹਦੇ ਹੀ ਬੰਦੇ ਜਦੋਂ ਜਿੰਨੀ ਸਾਨੂੰ ਲਿਕਵਿਡ ਆਕਸੀਜਨ ਮਿਲਦੀ ਹੈ ਤੇ ਪਿੱਛੇ ਆ ਸ਼ਾਰਟੇਜ ਹੋਣ ਕਰਕੇ ਲਿਕਵਿਡ ਆਕਸੀਜਨ ਦੀ ਸਪਲਾਈ ਤੇ ਕਾਫੀ ਇੰਪੈਕਟ ਪਿਆ ਹੈ ਇਸ ਕਰਕੇ ਅਸੀਂ ਐਨਸ਼ੋਰ ਕੀਤਾ ਇੱਕ ਤਾਂ ਆਰਡਰ ਪਾਸ ਕਰਕੇ ਵੀ ਕੋਈ ਵੀ ਇੰਡਸਟਰੀ ਨੂੰ ਕਿਉਂਕਿ ਇਹਦੇ ਵਿੱਚ ਵੀ ਅੱਧੇ ਸਿਲੰਡਰ ਤਕਰੀਬਨ ਇੰਡਸਟਰੀ ਨੂੰ ਜਾਂਦੇ ਨੇ ਸੋ ਉਹ ਸਾਰੇ ਇੰਡਸਟਰੀ ਦੀ ਸਪਲਾਈ ਰੋਕਦੀ ਹੈ ਅਸੀਂ ਜਿਹੜੇ ਦੋ ਪਲਾਂਟ ਹੈ ਉੱਥੇ ਐਸ ਡੀ ਐਮ ਲੈਵਲ ਤੇ ਡੀ ਐਸ ਪੀ ਲੈਵਲ ਦੇ ਅਫੀਸਰ ਦੋਨਾਂ ਪਲਾਂਟਸ ਤੇ 24 ਘੰਟੇ ਲਈ ਬਿਠਾ ਦਿੱਤੇ ਟੀਮਾਂ ਲਗਾ ਕੇ ਦੋਨੋਂ ਪਲਾਂਟਸ ਦੇ ਉੱਤੇ ਅਸੀਂ 40-50 ਪੁਲਿਸ ਮੁਲਾਜ਼ਮ ਲਗਾ ਕੇ ਐਨਸ਼ੋਰ ਕਰ ਰਹੇ ਹਾਂ ਵੀ ਜਿੰਨੇ ਵੀ ਪਲਾਂਟ ਤੋਂ ਟਰੱਕ ਜਾ ਰਹੇ ਨੇ ਉਹ ਸਾਰੇ ਦੇ ਸਾਰੇ ਹਸਪੀਟਲ ਹੀ ਲੈ ਕੇ ਜਾਣ ਕਿਥੇ ਕੋਈ ਹੋਰ ਇੰਡਸਟਰੀ ਵਾਲੀ ਆ ਕਿਤੇ ਹੋਰ ਡਾਇਵਰਟ ਨਾ ਹੋਣ ਕੋਈ ਕਾਲਾ ਬਾਜ਼ਾਰੀ ਨਾ ਹੋਵੇ ਇਹ ਸਾਰਾ ਅਸੀਂ ਐਨਸ਼ੋਰ ਕਰਕੇ ਮੈਨੇਜ ਕਰ ਰਹੇ ਹਾਂ ਸਿਚੁਏਸ਼ਨ ਨੂੰ ਵੀ ਆਕਸੀਜਨ ਦੀ ਸਪਲਾਈ ਚਲਦੀ ਰਹੇ ਪੂਰਾ ਸਾਡਾ ਆਲਮੋਸਟ 60 70 ਆਫੀਸਰ ਇਸੇ ਗਲਤੇ ਕੰਮ ਕਰ ਰਹੇ ਨੇ ਵੀ ਆਕਸੀਜਨ ਦੀ ਸਪਲਾਈ ਹਸਪਟਲਸ ਨੂੰ ਮਿਲਦੀ ਰਹੇ ਪਰ ਇਹਦੇ ਵਿੱਚ ਇਹੀ ਹੈ ਕਿਉਂਕਿ ਅਸੀਂ ਹੁਣ ਦੇਖ ਰਹੇ ਹਾਂ ਕਿ ਡੇਲੀ ਜਿਹੜੇ ਨਵੇਂ ਐਡਮਿਸ਼ਨ ਵੀ ਪੇਸ਼ੈਂਟ ਆ ਰਹੇ ਨੇ ਦਿੱਲੀ ਤੋਂ ਆ ਰਹੇ ਨੇ ਬਾਹਰ ਦੇ ਸਟੇਟਾਂ ਤੋਂ ਆ ਰਹੇ ਉਸ ਕਰਕੇ ਆਕਸੀਜਨ ਤੇ ਹੋਰ ਸਾਡਾ ਬੋਝ ਪੈ ਰਿਹਾ ਅਸੀਂ ਮੈਨੇਜ ਕਰ ਰਹੇ ਹਾਂ ਬਟ ਮੇਰੀ ਆਹੀ ਅਪੀਲ ਹੈ ਸਾਰਿਆਂ ਨੂੰ ਆਪਾਂ ਵੈਕਸੀਨੇਸ਼ਨ ਜਲਦੀ ਕਰਾ ਲਈਏ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਇੱਥੇ ਬੀਐਸਐਫ ਹਸਪੀਟਲ ਦੇ ਵਿੱਚ ਜਿਹੜਾ ਹੈ ਮਰੀਜ਼ ਬੜੇ ਘੱਟ ਰਹਿ ਗਏ ਨੇ ਕਿਉਂਕਿ ਸਾਰੇ ਦੇ ਸਾਰੇ ਬੀਐਸਐਫ ਦੇ ਜਵਾਨ ਡਬਲ ਵੈਕਸੀਨੇਸ਼ਨ ਹੋ ਗਏ ਨੇ ਸੋ ਜਦੋਂ ਕਿ ਸਾਡੇ ਜਿਹੜੇ ਹਸਪਤਾਲਾਂ ਦੇ ਵਿੱਚ ਮਰੀਜ਼ ਵਧ ਰਹੇ ਦੇ ਪਹਿਲੇ ਬੜੇ ਲੋਕੀ ਮਜ਼ਾਕ ਉਡਾਉਂਦੇ ਨੇ ਜੀ ਮੈਨੂੰ ਲੱਗਦਾ ਹੈ ਵੀ ਕਰੋਨਾ ਦੇ ਜਿਹੜੇ ਇਹ ਚਲਾ ਗਿਆ ਹੁਣ ਵੈਕਸੀਨ ਲਗਵਾਨੀ ਇਸ ਕਰਕੇ ਕੇਸੇਜ਼ ਵਧਾਰੇ ਨੇ ਅੱਜ ਤੁਸੀਂ ਸਾਰੇ ਚੈਨਲਾਂ 'ਤੇ ਹਾਲ ਦੇ ਸਕਦੇ ਹੋ ਦਿੱਲੀ ਦੇ ਵਿੱਚ ਕੀ ਹਾਲ ਲੋਕੀ ਸੜਕਾਂ 'ਤੇ ਬੈਠੇ ਨੇ ਆਕਸੀਜਨ ਸਿਲੰਡਰ ਲੈ ਕੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਸ ਟਾਈਪ ਦੀ ਸਿਚੁਏਸ਼ਨ ਜਲੰਧਰ ਜ਼ਿਲ੍ਹੇ ਦੇ ਵਿੱਚ ਨਾ ਆਵੇ ਆਪਾਂ ਸਾਰੇ ਰੈਦਰ ਜਿਸ ਟਾਈਪ ਦੀ ਭੀੜ ਆਪਾਂ ਹਸਪੀਟਲਾਂ ਦੇ ਬਾਹਰ ਵੇਖਦੇ ਆ ਮੈਂ ਚਾਹੁੰਨਾ ਉਸ ਟਾਈਪ ਦੀ ਭੀੜ ਤਾਂ ਸਾਡੇ ਵੈਕਸੀਨ ਸੈਂਟਰਸ ਦੇ ਬਾਹਰ ਹੋਣੀ ਚਾਹੀਦੀ ਹੈ ਵੀ ਆਪੇ ਡੇਲੀ 30000 ਦੀ ਕੈਪੈਸਿਟੀ ਅਸੀਂ 10000 ਤੇ ਰਹਿ ਜਾਂਦਾ ਸਾਡਾ ਟੀਚਾ ਰੋਜ਼ 30000 ਵੈਕਸੀਨ ਫੁੱਲ ਕਪੈਸਿਟੀ ਤੇ ਚਲਾਈਏ ਜੇਕਰ ਲੋਡ ਪਈ ਅਸੀਂ ਕਪੈਸਿਟੀ ਹੋਰ ਵਧਾ ਸਕਦੇ ਹਾਂ ਕੱਲ ਵੀ ਮੈਂ ਸਾਰੇ ਪ੍ਰਾਈਵੇਟ ਨਰਸਿੰਗ ਜਿਹੜੇ ਹੈਗੇ ਕਾਲਜਸ ਉਹਨਾਂ ਦੀ ਮੀਟਿੰਗ ਲਈਤੀ ਉਹਨਾਂ ਨੇ ਵੀ ਸਾਨੂੰ 400 ਦੀ ਨਰਸਿਸ ਦਾ ਸਟਾਫ ਹੋਰ ਦੇ ਦਿੱਤਾ ਵੀ ਲਗਾਓ ਪਰ ਅਸੀਂ ਦੇਖ ਰਹੇ ਹਾਂ ਉਹਨਾਂ ਨੂੰ ਅਸੀਂ ਲਗਾਵਾਂਗੇ ਕੀ ਜੇਕਰ ਲੋਕੀ ਅੱਗੇ ਅੱਗੇ ਨਹੀਂ ਆ ਰਹੇ ਸੋ ਇਹ ਬਿਮਾਰੀ ਲਾਈਟਲੀ ਰਹਿਣ ਵਾਲੀ ਲੋਡ ਨਹੀਂ ਹੁਣ ਤਾਂ ਤੁਸੀਂ ਕਿਸੇ ਚੈਨਲ ਤੇ ਕੋਈ ਚੈਨਲ ਦੇਖ ਲਓ ਮੈਨੂੰ ਲੱਗਦਾ ਹੈ ਅੱਜ ਦੀ ਡੇਟ 'ਚ ਇੰਡੀਆ 'ਚ ਕੋਈ ਆਕਸੀਜਨ ਦੀ ਸ਼ਾਰਟੇਜ ਜਾਂ ਹੋਰ ਕੋਰੋਨਾ ਕਰਕੇ ਬੁਰਾ ਹਾਲ ਤੋਂ ਇਲਾਵਾ ਹੋਰ ਕੋਈ ਰਿਪੋਰਟਿੰਗ ਨਹੀਂ ਚੱਲ ਰ ਤੇ ਆਪਾਂ ਇਹਨੂੰ ਸੀਰੀਅਸਲੀ ਲੈ ਕੇ ਤੁਰੰਤ ਵੈਕਸੀਨੇਟ ਕਰਾਈਏ ਤੇ ਸਾਡਾ ਪੂਰਾ ਜਾਨ ਲੱਗੀ ਹੋਈ ਹੈ ਵੀ ਅਸੀਂ ਹਸਪੀਟਲਸ ਨੂੰ ਆਕਸੀਜਨ ਦੀ ਸਪਲਾਈ ਪੂਰੀ ਉੱਥੇ ਮੇਨਟੇਨ ਰੱਖੀਏ ਜਿੰਨਾ ਸਾਡਾ ਅਜੇ ਵੀ ਤਾਲਮੇਲ ਹੈ ਸਾਨੂੰ ਉਮੀਦ ਹੈ ਵੀ ਅਜੇ ਵੀ ਸਾਨੂੰ ਲਿਕੁਇਡ ਆਕਸੀਜਨ ਕੋਚ ਆ ਰਹੀ ਹੈ ਜਿੱਦਾਂ ਹੀ ਆ ਜਾਂਦੀ ਹੈ ਅਸੀਂ ਹੋਰ ਹਸਪੀਟਲਸ ਨੂੰ ਸਪਲਾਈ ਕਰਦੇ ਰਾਵਾਂਗੇ ਬਟ ਮੇਰੀ ਇਹ ਬੇਨਤੀ ਸਾਰੇ ਪ੍ਰਵਾਨ ਕਰੋ ਵੀ ਆਪਾਂ ਵੈਕਸੀਨੇਸ਼ਨ ਲਈ ਤੁਰੰਤ ਆਪਾਂ ਸਾਰੇ ਵੱਧ ਚੱਦ ਕੇ ਅੱਗੇ ਆਈ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ